सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। यू आर वॉचिंग NC7 न्यूज हर खबर ते नजर। बुरा हाल है इन्होंने बेड़ा भाता जमा कांग्रेस ने बहुत बुरा हाल है वीरे कोई अंत ही नहीं पानी आंदा है तुरदे हैं डुबदे हैं गंदे पैरों नाल लगदा है ते ना आटा दाल भी मिलदा नहीं पेंशन टेंशन नहीं मिलदियां ते भाई बुरा हाल ही है ਸਿਵਰ ਦਾ ਦੇਖੋ ਜੀ ਬੁਰਾ ਹਾਲ ਆ ਮੀਂਹ ਪੈ ਜਾਂਦਾ ਦੂ ਬੁਰਾ ਹਾਲ ਹੋ ਜਾਂਦਾ ਨਾ ਤਾਂ ਟੋਏ ਦਾ ਪਤਾ ਲੱਗਦਾ ਗਾ ਨਾ ਕੋਈ ਖੱਡੇ ਦਾ ਪਤਾ ਲੱਗਦਾ ਹੈਗਾ ਜਿੱਦਣ ਦੀ ਕੈਪਟਨ ਸਰਕਾਰ ਆਈ ਹੈ ਜੀ ਪਰੰਪਰਾ ਫੂਲ ਦਾ ਤਾਂ ਬੇੜਾ ਗਰਕ ਹੋ ਚੁੱਕਿਆ ਜੀ ਐਂ ਲੱਗਦਾ ਹਾਂ ਵੀ ਇਹ ਰਾਹ ਸਿੱਧਾ ਸਵਰਗਾਂ ਨੂੰ ਜਾਂਦਾ ਜੀ ਇੱਕ ਅੱਧਾ ਐਕਸੀਡੈਂਟ ਹੋ ਜੇ ਬੰਦਾ ਸਿੱਧਾ ਉੱਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਟੁੱਟੀਆਂ ਸੜਕਾਂ ਦਾ ਸੰਤਾਪ ਭੋਗ ਰਹੇ ਨੇ ਲੋਕ ਸੀਵਰੇਜ ਸਿਸਟਮ ਦੀ ਮਾੜੀ ਵਿਵਸਥਾ ਕੁੰਮਕਰਨੀ ਨੀਂਦ ਚ ਸੁੱਤੇ ਅਧਿਕਾਰੀ ਜਵਾਰੀ ਸੋਹਰ ਰਾਮਪੁਰਾ ਫੂਲ ਸ਼ਹਿਰ ਨਰਕ ਨਾਲੋਂ ਪੈਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਸ਼ਹਿਰ ਵਾਸੀ ਖਬਰਾਂ ਦੀ ਸ਼ੁਰੂਆਤ ਵੱਡੀ ਖਬਰ ਤੋਂ ਰਾਮਪੁਰਾ ਫੂਲ ਸ਼ਹਿਰ ਚ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨਿਤ ਦਿਨ ਸਵਾਲਾਂ ਦੇ ਘੇਰੇ ਚ ਆ ਰਹੀ ਹੈ ਟੁੱਟੀਆਂ ਸੜਕਾਂ ਮਾੜਾ ਸੀਵਰੇਜ ਸਿਸਟਮ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੇ ਵਿਕਾਸ ਦੀ ਮੂੰਹ ਚੋਂਦੀ ਤਸਵੀਰ ਪੇਸ਼ ਕਰਦੇ ਨੇ ਪਰੰਤੂ ਨਗਰ ਕੌਂਸਲ ਤੇ ਪ੍ਰਸ਼ਾਸਨਿਕ ਅਧਿਕਾਰੀ ਇੰਝ ਲੱਗਦਾ ਜਿਵੇਂ ਘੁੰਮਕਰਨੀ ਨੀਂਦ ਦਾ ਆਰਾਮ ਲੈ ਰਹੇ ਨੇ ਭਾਵੇਂ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਅਕਸਰ ਹੀ ਸੁਣਨ ਤੇ ਵੇਖਣ ਨੂੰ ਮਿਲਦੇ ਹਨ ਪਰੰਤੂ ਇਹਨਾਂ ਵਾਅਦਿਆਂ ਵਿੱਚ ਕਿੰਨੀ ਸੱਚਾਈ ਹੈ ਤੁਹਾਨੂੰ ਵਿਖਾਉਂਦੇ ਹਾਂ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਦੀ ਗਰਾਊਂਡ ਰਿਪੋਰਟ ਬੁਰਾ ਹਾਲ ਹੈਗਾ ਇਹਨਾਂ ਨੇ ਬੇੜਾ ਭਾਤਾ ਜਮਾ ਕਾਂਗਰਸ ਨੇ ਬਹੁਤ ਬੁਰਾ ਹਾਲ ਹੈ ਵੀਰੇ ਕੋਈ ਅੰਤ ਹੀ ਨਹੀਂ ਪਾਣੀ ਆਉਂਦਾ ਹੈ ਤੁਰਦੇ ਹਾਂ ਡੁੱਬਦੇ ਹਾਂ ਗੰਦੇ ਪੈਰਾਂ ਨਾਲ ਲੱਗਦਾ ਹੈ ਤੇ ਨਾ ਆਟਾ ਦਾਲ ਵੀ ਮਿਲਦਾ ਨਹੀਂ ਪੈਨਸ਼ਨ ਟੈਂਸ਼ਨ ਨਹੀਂ ਮਿਲਦੀਆਂ ਤੇ ਭਾਈ ਬੁਰਾ ਹਾਲ ਹੀ ਹੈ ਸਿਵਰ ਦਾ ਦੇਖੋ ਜੀ ਬੁਰਾ ਹਾਲ ਹੈ ਮੀਂਹ ਪੈ ਜਾਂਦਾ ਦੂ ਬੁਰਾ ਹਾਲ ਹੋ ਜਾਂਦਾ ਨਾ ਤਾਂ ਟੋਏ ਦਾ ਪਤਾ ਲੱਗਦਾ ਹੈਗਾ ਨਾ ਕੋਈ ਖੱਡੇ ਦਾ ਪਤਾ ਲੱਗਦਾ ਹੈਗਾ ਜਿੱਦਣ ਦੀ ਕੈਪਟਨ ਸਰਕਾਰ ਆਈ ਹੈ ਜੀ ਪਰੰਪਰਾ ਫੂਲ ਦਾ ਤਾਂ ਬੇੜਾ ਗਰਕ ਹੋ ਚੁੱਕਿਆ ਜੀ ਐਂ ਲੱਗਦਾ ਹਾਂ ਵੀ ਇਹ ਰਾਹ ਸਿੱਧਾ ਸਵਰਗਾਂ ਨੂੰ ਜਾਂਦਾ ਜੀ ਇੱਕ ਅੱਧਾ ਐਕਸੀਡੈਂਟ ਹੋ ਜੇ ਬੰਦਾ ਸਿੱਧਾ ਉੱਤੇ ਨਹੀਂ ਜਿੱਦਣ ਦੀ ਕੈਪਟਨ ਸਰਕਾਰ ਆਈ ਹੈ ਜੀ ਪਰੰਪਰਾ ਫੂਲ ਦਾ ਤਾਂ ਬੇੜਾ ਗਰਕ ਹੋ ਚੁੱਕਿਆ ਜੀ ਠੀਕ ਹੈ ਐਂ ਲੱਗਦਾ ਹਾਂ ਵੀ ਇਹ ਰਾਹ ਸਿੱਧਾ ਸਵਰਗਾਂ ਨੂੰ ਜਾਂਦਾ ਜੀ ਇੱਕ ਅੱਧਾ ਐਕਸੀਡੈਂਟ ਹੋ ਜੇ ਬੰਦਾ ਸਿੱਧਾ ਉੱਤੇ ਬਾਕੀ ਹਾਲ ਤੁਸੀਂ ਦੇਖ ਹੀ ਰਹੇ ਹੋ ਮੌਜੂਦਾ ਬਾਰਿਸ਼ ਵਾਲੇ ਕੁਛ ਨਹੀਂ ਹੋਈ ਬਿਲਕੁਲ ਵੀ ਤੇ ਬਿਲਕੁਲ ਹੀ ਬੁਰਾ ਹਾਲ ਹੋਇਆ ਬਈ ਸਾਰੇ ਬਾਜ਼ਾਰ ਦਾ ਜਿਵੇਂ ਘੰਟਾ ਬਾਰਿਸ਼ ਪੈ ਜੇ ਫਿਰ ਤਾਂ ਸ਼ਹਿਰ ਹੀ ਡੁੱਬ ਜਾਂਦਾ ਸਾਰਾ ਇਸ ਕਰਕੇ ਹੀ ਮੰਨ ਲਓ ਹੁਣ ਸੀਵਰੇਜ ਦਾ ਕੋਈ ਸਮੱਸਿਆ ਕਹਿ ਰਹੇ ਆ ਸੜਕਾਂ ਦੇਖੋ ਟੁੱਟੀਆਂ ਵੀ ਆ ਸਭ ਰਿਪੇਅਰ ਕਰ ਕਰਕੇ ਉਹੀ ਲਾ ਦਿੰਦੇ ਨੇ ਕੋਈ ਪੱਕੀ ਸੜਕ ਨਹੀਂ ਹੈਗੀ ਕਹਿਣ ਨੂੰ ਮੇਨ ਰੋਡ ਹੈ ਇਹ ਸ਼ਹਿਰ ਦਾ ਨਹੀਂ ਬੇੜਾ ਗਰਕ ਹੋਇਆ ਬਈ ਸਾਰੇ ਪਾਸੇ ਬੇੜਾ ਗਰਕ ਹੈ ਬੁਰਾ ਹਾਲ ਹੀ ਹੈ ਕੈਪਟਨ ਦੇ ਪੁਰਖਿਆਂ ਦਾ ਪਿੰਡ ਮਹਾਰਾਜ ਹੈ ਜੀ ਉਹਨੂੰ ਜਾਂਦਾ ਰਾਹ ਬੇੜਾ ਗਰਕ ਹੈ ਬਿਲਕੁਲ ਹੀ ਸੀਵਰੇਜ ਦਾ ਕੋਈ ਸਿਸਟਮ ਨਹੀਂ ਉੱਥੇ ਸੀਵਰੇਜ ਦਾ ਬੁਰਾ ਹਾਲ ਹੈ ਜੀ ਅਸੀਂ ਡੇਲੀ ਉੱਥੋਂ ਲੰਘਦੇ ਹਾਂ ਜੀ ਨਿਰਾ ਬਿਮਾਰੀਆਂ ਦਾ ਘਰ ਬਣਿਆ ਹੋਇਆ ਜੀ ਉਹ ਉਦੋਂ ਥੋੜ੍ਹਾ ਜਿਹਾ ਅੱਗੇ ਬਾਦੀਆਂ ਨੂੰ ਵੀ ਬਾਦੀਆਂ ਤੋਂ ਅੱਗੇ ਮਹਾਰਾਜ 'ਚ ਜਦੋਂ ਐਂਟਰ ਹੁੰਦੇ ਆ ਬੁਰਾ ਹਾਲ ਹੈ ਸਾਰੇ 'ਚ ਵੀਰੇ ਕੋਈ ਅੰਤ ਹੀ ਨਹੀਂ ਪਾਣੀ ਆਉਂਦਾ ਤੁਰਦੇ ਹਾਂ ਡੁੱਬਦੇ ਹਾਂ ਗੰਦੇ ਪੈਰਾਂ ਨਾਲ ਲੱਗਦਾ ਹੈ ਅਤੇ ਨਾ ਆਟਾ ਦਾਲ ਵੀ ਮਿਲਦਾ ਨਹੀਂ ਪੈਨਸ਼ਨ ਟੈਂਸ਼ਨ ਨਹੀਂ ਮਿਲਦੀਆਂ ਅਤੇ ਭਾਈ ਬੁਰਾ ਹਾਲ ਹੀ ਹੈ ਸ਼ਹਿਰ ਦਾ ਤਾਂ ਕੂੜਾ ਕ੍ਰਿਕਟ ਬਹੁਤ ਪਿਆ ਹਾਲ ਹੈ ਮੀਂਹ ਪੈ ਜਾਂਦਾ ਉਦੋਂ ਬੁਰਾ ਹਾਲ ਹੋ ਜਾਂਦਾ ਨਾ ਤਾਂ ਟੋਏ ਦਾ ਪਤਾ ਲੱਗਦਾ ਗਾ ਨਾ ਸਾਨੂੰ ਕੋਈ ਖੱਡੇ ਦਾ ਪਤਾ ਲੱਗਦਾ ਹੈਗਾ ਆਹ ਸੜਕਾਂ ਦੇ ਵਿੱਚ ਲੋਕਾਂ ਨੇ ਮਿੱਟੀ ਪਾਈ ਸੀਗੀ ਇਹ ਵੀ ਉਹਨਾਂ ਨੇ ਸੜਕ ਵਾਲਿਆਂ ਨੇ ਪੱਟਤੀ ਵਿੱਚ ਟੋਏ ਵੱਡੇ ਵੱਡੇ ਬਣੇ ਪਿਆ ਸਾਰਾ ਦਾ ਬੁਰਾ ਹਾਲ ਹੋਇਆ ਪਿਆ ਰੋਜ਼ ਅਸੀਂ ਇਹਦੇ 'ਤੇ ਇੰਨੇ ਸਾਨੂੰ ਰੁਪਈਏ ਬਣਦੇ ਨਹੀਂ ਜਿੰਨੇ ਅਸੀਂ ਆਪਦੇ ਆਟੋ 'ਤੇ ਲਾ ਪੈਂਦੇ ਹੈਗੇ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਵੀ ਸਾਡੀ ਸੜਕਾਂ ਇਹ ਸਾਫ਼ ਹੋਣ ਅਸੀਂ ਸੁਰੱਖਸ਼ਿਤ ਰਹੀਏ ਵੀ ਜਿਹੜੇ ਸਾਨੂੰ 10 ਰੁਪਈਏ ਅਸੀਂ ਦੁਬਾਰਾ ਆਟੋ 'ਤੇ ਲਾਉਂਦੇ ਸਾਨੂੰ ਅਸੀਂ ਘਰੇ ਪਹੁੰਚਾ ਕੇ ਲੈ ਕੇ ਜਾਈਏ ਆਹ ਦੇਖ ਲਓ ਇੱਥੇ ਵੀ ਬੁਰਾ ਹਾਲ ਹੀ ਹੈ ਜੀ ਆਪਣੇ ਸਟੈਂਡ ਕੋਲ ਲੰਘੀ ਜਾਂਦੇ ਹਾਂ ਸਾਰੇ ਬੁਰਾ ਹਾਲ ਹੈ ਅਮਰਾਜ ਕਲੀ ਲੱਗ ਜਾਂਦੇ ਜੀ ਇੱਥੇ ਵੀ ਬਹੁਤ ਬਾਦੀਆਂ ਦੇ ਵਿੱਚ ਪਾਣੀ ਧਾੜੀ ਦਾ ਬੁਰਾ ਹਾਲ ਹੈ ਟੋਏ ਕੱਪੇ ਬਹੁਤ ਹੈ ਜੀ ਬੰਦ ਹੋ ਗਿਆ ਜੀ ਸਾਰਾ ਸੀਵਰੇ ਗਾਰ ਨਹੀਂ ਕੱਢ ਕਰ ਰਹੇ ਅਤੇ ਜਿਹੜਾ ਸੜਕਾਂ ਦਾ ਬਹੁਤ ਬੁਰਾ ਹਾਲ ਆ ਬਸ ਕੀ ਹੋਣਾ ਚਾਹੀਦਾ ਦੇਖੋ ਜੇ ਗੌਰਮੈਂਟ ਕਰਨਾ ਚਾਹੀਦਾ ਜੀ
ਮੀਟਿੰਗ ਕਰ ਰਹੀ ਜਾਂ ਗੌਰਮੈਂਟ ਕਰ ਰਹੀ ਆ, ਇਹਨਾਂ ਨੇ ਬੇੜਾ ਬਹਾਤਾ ਜਮਾਂ ਕਾਂਗਰਸ ਨੇ, ਜਮਾਂ ਕਾਂਗਰਸ ਨੇ ਬੇੜਾ ਬਹਾਤਾ, ਇਹਨੂੰ ਛੱਪ ਇਹਨੂੰ ਛੱਪ ਬਾਹਰ ਕੱਢਣਾ ਚਾਹੀਦਾ। ਅਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਆਉਣ 'ਚ, ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਜੀ। ਤੁਸੀਂ ਕਿਸ ਜਗ੍ਹਾ ਤੋਂ ਆ ਰਹੇ ਹੋ? ਅਸੀਂ ਢਵਾਲੀ ਪਿੰਡ ਤੋਂ ਆ ਰਹੇ ਜੀ। ਢਵਾਲੀ ਤੋਂ ਆ ਰਹੇ ਜੀ। ਛੋਟੇ ਕੋਟੇ ਅਤੇ ਸੜਕਾਂ ਠੀਕ ਆ, ਜੇ ਜਨਾਨੀ ਦੇ ਬੱਚਾ ਆਉਣ ਵਾਲੇ ਬਾਅਦ ਲੋੜ ਨਹੀਂ ਡਾਕਟਰ ਦੇ ਲਿਆਉਣ ਦੀ, ਇੱਥੇ ਕੰਮ ਠੀਕ ਹੋ ਜਾਂਦਾ ਸੜਕ ਦੇ, ਜਿਹੜੇ ਟੋਏ ਪਏ ਪਏ ਖੱਡੇ ਪਏ ਪਏ ਆ, ਬੜਾ ਬੇਕਾਰ ਮਿਲ ਰਹੀਆਂ ਨੇ। ਸੀਵਰੇਜ ਸਿਸਟਮ ਅਤੇ ਇਹਨਾਂ ਦਾ ਨਾ ਹੁਣ ਆਪਣਾ ਸੜਕਾਂ ਦਾ ਸਿਸਟਮ ਬਹੁਤ ਜ਼ਿਆਦਾ ਮੰਦਾ ਹਾਲ ਹੈ ਇਹਨਾਂ ਦਾ। ਉਰੇ ਬੈਠਣਾ, ਅਸੀਂ ਦੁਕਾਨਦਾਰਾਂ, ਸਾਨੂੰ ਬੈਠਣਾ ਬਹੁਤ ਔਖਾ ਹੁੰਦਾ, ਉਰੇ ਪਾਣੀ ਭਰ ਜਾਂਦਾ, ਭਰ ਕੇ ਜਦੋਂ ਬੱਸਾਂ ਆਉਂਦੀਆਂ ਬਹੁਤ ਤੇਜ਼, ਅਤੇ ਸਾਨੂੰ ਮਤਲਬ ਚਿੱਕੜ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰ ਤਾਂ ਸਾਨੂੰ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਕੱਪੜੇ ਵੀ ਚੇਂਜ ਕਰਨੇ ਪੈਂਦੇ ਨੇ, ਇੰਨੇ ਜ਼ਿਆਦਾ ਖਰਾਬ ਹੋ ਜਾਂਦੇ ਨੇ ਚਿੱਕੜ ਦੇ ਕਾਰਨ ਜੀ। ਆ ਇੰਨੇ ਟੋਏ ਪਏ ਨੇ, ਇੱਕ ਹੁੰਦਾ ਕੁਛ ਨਹੀਂ ਜੀ। ਸੜਕਾਂ ਦਾ ਹਾਲ ਤਾਂ ਤੁਸੀਂ ਦੇਖੀ ਜਾਂਦੇ ਹੋ ਜੀ, ਇਹ ਹਾਲ ਹੈਗਾ। ਸੀਵਰੇਜ ਦਾ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਜੀ, ਸਭ ਤੋਂ ਬੁਰਾ ਹਾਲ ਹੈ ਇਸ ਟਾਈਮ ਨਗਰ ਪਾਲਿਕਾ ਦਾ। ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ, ਕੋਈ ਕੰਮ ਕਰ ਇਹਨਾਂ ਨੇ ਕੀਤੇ ਨਹੀਂ। ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਲੋਕਾਂ ਦੇ ਕੰਮ ਕਰਾਓ, ਜੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਇਹ ਕੰਮ ਹੋਣੇ ਚਾਹੀਦੇ ਆ, ਸਰਕਾਰਾਂ ਹੀ ਕੰਮ ਕਰਾਉਂਦੀਆਂ ਹੁੰਦੀਆਂ, ਪਰ ਸ਼ਹਿਰ ਦੇ ਵਿੱਚ ਹਾਲ ਬਹੁਤ ਬੁਰਾ ਹੈ। ਇਹਨੂੰ ਮੇਰੀ ਬੇਨਤੀ ਵੀ ਇਹ ਕੰਮ ਚੰਗੀ ਤਰ੍ਹਾਂ ਲੋਕਾਂ ਦੀ ਸਹੂਲਤਾਂ ਕਰਵਾਈਆਂ ਜਾਣ, ਪਾਣੀ ਸੀਵਰੇਜ ਆਮ ਹੈ, ਬਹੁਤ ਬੁਰਾ ਹਾਲ ਹੈ, ਇਹਨੂੰ ਠੀਕ ਕੀਤਾ ਜਾਵੇ। ਸਾਰੀ ਟੋਟਲੀ ਖਰਾਬ ਹੈ ਜੀ, ਬੁਰਾ ਹਾਲ ਹੈ ਜੀ। ਰਿਕਸ਼ਾ ਵਾਲਾ ਜਾਂਦਾ ਚੱਕਾ ਪੈ ਜੇ, ਕਦੋਂ ਪਤਾ ਨਹੀਂ ਲੱਗਦਾ, ਕੋਈ ਐਕਸੀਡੈਂਟ ਹੋ ਜੇ, ਕੁਛ ਹੋ ਜੇ, ਹਾਂ ਕੋਈ ਪਤਾ ਨਹੀਂ ਹੈ। ਅਤੇ ਬਾਕੀ ਗੱਲ ਹੈ ਵੀ ਸ਼ਹਿਰ ਦਾ ਤੁਹਾਨੂੰ ਵੀ ਪਤਾ ਹੀ ਹੈ, ਆਉਂਦੇ ਜਾਂਦੇ ਰਹਿੰਦੇ, ਹੁਣ ਇਨਸਾਨ ਤਾਂ ਕੀ ਬੋਲੂਗਾ, ਗਰੀਬ ਤਾਂ ਕੀ ਬੋਲੂਗਾ, ਜਿਹੜਾ ਬੋਲੂਗਾ ਉਹ ਸੱਚ ਹੀ ਬੋਲੂਗਾ, ਝੂਠ ਤਾਂ ਬੋਲਦਾ ਜੀ। ਨਾਲ ਜੀ ਜੇ ਕੋਈ ਤੁਰਿਆ ਜਾਂਦਾ, ਡਿੱਗ ਵੀ ਪਵੇ ਤਾਂ ਐਕਸੀਡੈਂਟ ਹੋ ਜੇ ਤਾਂ ਕੋਈ ਪਤਾ ਨਹੀਂ ਲੱਗਦਾ ਜੀ, ਸੱਟ ਵੀ ਵੱਜ ਸਕਦੀ ਆ। ਫਾਟਕਾਂ 'ਤੇ ਦੇਖ ਲਓ ਜਾ ਕੇ ਕੀ ਹਾਲ ਹੋਇਆ ਜੀ, ਐਡੇ ਐਡੇ ਉਖਲੇ ਪਏ ਵੇ ਆ, ਸਾਡੇ ਵਰਗਾ ਗਰੀਬ ਰਿਕਸ਼ਾ ਚਲਾਉਂਦਾ ਭਾਵੇਂ ਲੱਤ ਦਾ ਜਾਂਦਾ, ਰਿਕਸ਼ਾ ਉਲਟ ਜੇ ਨਾਲੇ ਨੁਕਸਾਨ, ਨਾਲੇ ਆਪ ਨੂੰ ਸੱਟ, ਨਾਲੇ ਸਭ ਨੂੰ। ਇਹਦਾ ਇਹਨਾਂ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਇਹਦੇ ਬਾਰੇ। ਤਾਂ ਫਿਰ ਸੜਕਾਂ ਟੁੱਟੀਆਂ ਪਈਆਂ, ਸੀਵਰੇਜ ਬੰਦ ਰਹਿੰਦੇ ਨੇ, ਅਤੇ ਸਫਾਈ ਦਾ ਕੋਈ ਇੰਤਜ਼ਾਮ ਨਹੀਂ, ਸਹੂਲਤਾਂ ਨਹੀਂ ਜੀ, ਕੋਈ ਡਿਵੈਲਪਮੈਂਟ ਨਹੀਂ, ਸੜਕਾਂ ਦਾ ਬੁਰਾ ਹਾਲ ਹੋਇਆ ਪਿਆ, ਲਾਈਟਾਂ ਦਾ ਬੁਰਾ ਹਾਲ ਆ ਜੀ। ਜੇ ਕੰਮ ਵਾਸਤੇ ਕਹਿੰਦੇ ਹਾਂ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ, ਉਹ ਕਹਿੰਦਾ ਉਹਦੇ ਕੋਲ ਚਲੇ ਜਾਓ, ਉਹ ਕਹਿੰਦਾ ਉਹਦੇ ਕੋਲ ਚਲੇ ਜਾਓ, ਸਭ ਆਪਦੇ ਆਪਦੇ ਖਾਣ ਦਾ ਲੱਗਿਆ ਹੋਇਆ, ਕੋਈ ਸੁਣਵਾਈ ਨਹੀਂ, ਚੋਰੀਆਂ ਹੋਈ ਜਾਂਦੀਆਂ, ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਦੇ, ਟ੍ਰੈਫਿਕ ਦਾ ਇੰਨਾ ਬੁਰਾ ਹਾਲ ਆ, ਰਾਤ ਮਰੀਜ਼ ਦਾ ਇੰਨਾ ਬੁਰਾ ਹਾਲ ਆ, ਬੁਲਟਾਂ ਦੇ ਪਟਾਕੇ ਪੈਂਦੇ ਆ, ਜਦ ਕਿਸੇ ਨੂੰ ਸ਼ਿਕਾਇਤ ਕਰਦੇ ਤਾਂ ਕੋਈ ਸੁਣਵਾਈ ਨਹੀਂ ਕਰ ਰਿਹਾ ਹੈਗਾ ਕਿਸੇ ਦੀ ਵੀ। 3 ਸਾਲਾਂ ਦੇ ਵਿੱਚ ਇੰਨਾ ਮਾੜਾ ਹਾਲ ਕਰਤਾ ਵੀ ਆਪਦੇ ਆਪਦੇ ਕੰਮ ਤੱਕ ਮਤਲਬ ਰੱਖਿਆ ਹੋਇਆ ਸਭ ਨੇ, ਕੋਈ ਵੀ ਕਿਸੇ ਦਾ ਦੀ ਸੁਣਵਾਈ ਨਹੀਂ ਕਰ ਰਹੇ, ਗਰੀਬ ਲੋਕ ਬਹੁਤ ਔਖੇ ਹੋਏ ਪਏ ਆ, ਬਹੁਤ ਜ਼ਿਆਦਾ ਸਮੱਸਿਆ ਹੈ। ਜੋ ਦੇਖ ਕੇ ਦਿਨ ਚੜ੍ਹੇ ਹੁੰਦੇ ਆ, ਭਜਾਉਂਦੇ ਆ, ਜਿਹੜੇ ਡਿੱਗਦੇ ਆ, ਸੱਟ ਖਾਂਦੇ ਆ, ਸਾਨੂੰ ਬਹੁਤ ਦਿੱਕਤ ਆਉਂਦੀ ਆ, ਪਾਣੀ ਖੜ੍ਹਾ ਹੈ, ਪਾਣੀ ਕਰਕੇ ਬਹੁਤ ਤਲਸਦੇ ਆ, ਇਸ ਕਰਕੇ ਬਹੁਤ ਪਰੇਸ਼ਾਨੀ ਹੈ। ਜੇ ਸੜਕ ਸਾਫ਼ ਹੋਵੇ, ਐਕਸੀਡੈਂਟ ਬਹੁਤ ਘੱਟ ਹੁੰਦੇ ਆ, ਆਉਣ ਦੇ ਚਾਂਸ ਨਹੀਂ, ਕਿਉਂਕਿ ਅਗਲਾ ਦੇਖ ਕੇ ਸਾਨੂੰ ਡਰਾਈਵਰ ਨੂੰ ਜਵਾਕ ਹੈ, ਦੇਖ ਕੇ ਡਰ ਜਾਂਦੇ ਆ ਵੀ ਖੜ੍ਹੇ ਡਰਾਈਵਰ ਭਜਾ ਲੈਂਦੇ ਆ, ਗਿਰ ਜਾਂਦੇ ਆ, ਪਰ ਉਹ ਇੱਕ ਦੋ ਗਿਰ ਜਾਂਦੇ ਆ। ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਚਰਨਜੀਤ ਚਟਾਲਾ ਦਾ ਕੀ ਕਹਿਣਾ ਹੈ, ਉਹ ਵੀ ਇੱਕ ਵਾਰ ਜ਼ਰੂਰ ਤੁਸੀਂ ਵੀ ਸੁਣੋ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਦਾ ਵਾਕਿਆ ਹੀ ਮਾੜਾ ਹਾਲ ਹੈ। ਸੜਕਾਂ ਜਿਹੜੀ ਆਪਣੇ ਡੀ ਪੁਆਇੰਟ ਤੋਂ ਹੈਗੀ ਹੈ ਸੂਏ ਦੇ ਪੁਲ ਤੱਕ, ਇੱਥੇ ਪੈਚ ਵਰਗੇ ਅਸੀਂ ਕੁਛ ਤਾਂ ਕਾਫੀ ਲਾਏ ਹੈ, ਪਰ ਫਿਰ ਵੀ ਜ਼ਿਆਦਾ ਹੁਣ ਬਰਸਾਤਾਂ ਦੇ ਕਾਰਨ ਜ਼ਿਆਦਾ ਟੁੱਟ ਗਈ, ਅਤੇ ਅਸੀਂ ਫਿਰ ਵੀ ਉਹ ਕਰਿਆ ਸ਼ੁਰੂ, ਪਰ ਨਾਲ ਹੀ ਇਹ ਹੁਣ ਇਹਨਾਂ ਨੇ ਮਹਿਕਮੇ ਵਾਲਿਆਂ ਨੇ ਵੀ ਇਹਦਾ ਐਸਟੀਮੇਟ ਵਗੈਰਾ ਬਣਾ ਕੇ ਟੈਂਡਰ ਉਂਡਰ ਲਾਇਆ ਇਹਦਾ, ਕਿਉਂਕਿ ਇਹ ਸੜਕ ਹੈ ਤਾਂ ਇਹ BNR ਦੀ, ਆਪਾਂ ਤਾਂ ਬਸ ਪਬਲਿਕ ਦੀ ਮਤਲਬ ਜਦੋਂ ਤਕਲੀਫ 'ਚ ਆਉਂਦੇ ਆ ਤਾਂ ਉਹਦੀ ਉਹਨੂੰ ਕਰਦੇ ਹਾਂ ਰਿਪੇਅਰ ਜਿੰਨੀ ਕੁ ਹੋ ਸਕਦੀ ਹੈ, ਠੀਕ ਹੈ ਨਾ, ਤਾਂ ਕਰ ਰਹੇ ਹਾਂ। ਸੀਵਰੇਜ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਵੀ ਉਹਨੂੰ ਸਫਾਈ ਦੇ ਦੁਆਰੇ ਉਹਨੂੰ ਫਿਰ ਇੱਕ ਵਾਰ ਪਹਿਲਾਂ ਕਰਕੇ ਹਟੇ ਹਾਂ, ਇਡਲੀ ਬਾਹਰਲੀ ਮੰਡੀ, ਹੁਣ ਦੂਜੀ ਮੰਡੀ ਦਾ ਵੀ ਸ਼ੁਰੂ ਕਰਦੇ ਹਾਂ। ਕਾਫੀ ਨਹੀਂ ਜੀਰੋ ਨਹੀਂ, ਡਿਵੈਲਪਮੈਂਟ ਹੋ ਰਹੀ ਹੈ, ਜਿੰਨਾ ਜਿਸ ਤਰ੍ਹਾਂ ਦੇ ਫੰਡ ਵਗੈਰਾ ਆ ਰਹੇ ਨੇ ਉਹ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਜਾਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਰਾਮਪੁਰਾ ਫੂਲ ਸ਼ਹਿਰ 'ਚ ਹੋਏ ਪਿਛਲੇ ਸਮੇਂ ਦੌਰਾਨ ਕਿਸੇ ਵਿਕਾਸ ਦੇ ਕੰਮਾਂ ਦੀ ਪੜਤਾਲ ਕਰਨਗੇ ਜਾਂ ਸਿਰਫ ਵਿਕਾਸ ਦੇ ਕੰਮਾਂ ਤੇ ਲੱਗੇ ਪੈਸੇ ਦਾ ਹਿਸਾਬ ਕਿਤਾਬ ਸਿਰਫ ਫਾਈਲਾਂ ਦਾ ਹੀ ਸ਼ਿੰਗਾਰ ਬਣ ਕੇ ਰਹਿ ਜਾਵੇਗਾ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। You are watching
watching NC7 News, har khabar te nazar.